ਕੋਰੋਨਾ ਦੇ ਵੱਧ ਰਹੇ ਮਾਮਲਿਆਂ ਤੇ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਕੰਟੇਨਮੈਂਟ ਜ਼ੋਨ ਵਿੱਚ ਸਾਰੇ ਲੋਕਾਂ ਦਾ ਰੈਪਿਡ ਐਂਟੀਜਨ ਟੈਸਟ ਹੋਵੇਗਾ। ਮਾਈਕਰੋ ਕੰਟੇਨਮੈਂਟ ਜ਼ੋਨ ਵਿੱਚ ਵੀ ਟੈਸਟ ਕੀਤਾ ਜਾਵੇਗਾ। ਸੂਬੇ ਵਿੱਚ ਫਿਲਹਾਲ 4 ਕੰਟੇਨਮੈਂਟ ਤੇ 73 ਮਾਈਕਰੋ ਕੰਟੇਨਮੈਂਟ ਜ਼ੋਨ ਨੇ। 5 ਤੋਂ 14 ਪੋਜ਼ਿਟਿਵ ਕੇਸਾਂ ਵਾਲਾ ਇਲਾਕਾ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। 15 ਤੋਂ ਵੱਧ ਪੋਜ਼ਿਟਿਵ ਮਾਮਲਿਆਂ ਵਾਲਾ ਇਲਾਕਾ ਕੰਟੇਨਮੈਂਟ ਜ਼ੋਨ ਹੈ। ਤਾਂ ਜਿਸ ਤਰ੍ਹਾਂ ਦੇ ਨਾਲ ਆਏ ਦਿਨ ਲਗਾਤਾਰ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਪੋਜ਼ਿਟਿਵ ਮਾਮਲੇ ਵੱਧ ਰਹੇ ਨੇ ਤੇ ਮੌਤ ਦਾ ਅੰਕੜਾ ਵੱਧ ਰਿਹਾ ਹੈ। ਉਸ ਤੋਂ ਬਾਅਦ ਹੁਣ ਲਗਾਤਾਰ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਨੇ। ਇੱਕ ਹੋਰ ਅਹਿਮ ਫੈਸਲਾ ਸਰਕਾਰ ਵੱਲੋਂ ਲਿਆ ਗਿਆ ਹੈ। ਕੰਟੇਨਮੈਂਟ ਜ਼ੋਨ ਵਿੱਚ ਸਾਰੇ ਲੋਕਾਂ ਦਾ ਰੈਪਿਡ ਐਂਟੀਜਨ ਟੈਸਟ ਕੀਤਾ ਜਾਵੇਗਾ ਤੇ ਮਾਈਕਰੋ ਕੰਟੇਨਮੈਂਟ ਜ਼ੋਨ ਵਿੱਚ ਵੀ ਇਹ ਟੈਸਟ ਕੀਤਾ ਜਾਵੇਗਾ। ਸੂਬੇ ਵਿੱਚ ਫਿਲਹਾਲ 4 ਕੰਟੇਨਮੈਂਟ ਜ਼ੋਨ ਨੇ ਅਤੇ 73 ਮਾਈਕਰੋ ਕੰਟੇਨਮੈਂਟ ਜ਼ੋਨ ਹਨ। 5 ਤੋਂ 14 ਪੋਜ਼ਿਟਿਵ ਕੇਸਾਂ ਵਾਲਾ ਇਲਾਕਾ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ ਤੇ 15 ਤੋਂ ਵੱਧ ਪੋਜ਼ਿਟਿਵ ਮਾਮਲਿਆਂ ਵਾਲਾ ਇਲਾਕਾ ਕੰਟੇਨਮੈਂਟ ਜ਼ੋਨ ਹੈ। ਨਵੀਨ ਸੇਠੀ ਮੇਰੇ ਸਹਿਯੋਗੀ ਹੋਰ ਜਾਣਕਾਰੀ ਦੇ ਨਾਲ ਬਣ ਕੇ ਨੇ। ਤਾਂ ਨਵੀਨ, ਲਗਾਤਾਰ ਜੋ ਮਾਮਲੇ ਵੱਧ ਰਹੇ ਨੇ ਉਸ ਤੋਂ ਬਾਅਦ ਹੁਣ ਸਰਕਾਰ ਇੱਕ ਤੋਂ ਬਾਅਦ ਇੱਕ ਸਖ਼ਤ ਕਦਮ ਚੁੱਕ ਰਹੀ ਹੈ। ਕੰਟੇਨਮੈਂਟ ਜ਼ੋਨ ਤੇ ਮਾਈਕਰੋ ਕੰਟੇਨਮੈਂਟ ਜ਼ੋਨ ਵਿੱਚ ਹੁਣ ਰੈਪਿਡ ਐਂਟੀਜਨ ਟੈਸਟ ਕੀਤਾ ਜਾਵੇਗਾ। ਕੀ ਮਾਇਨੇ ਇਸਦੇ? ਦੇਖੋ, ਜ਼ਾਹਿਰ ਜੀ ਗੱਲ ਹੈ, ਕਿਉਂਕਿ ਕੇਸਿਸ ਲਗਾਤਾਰ ਵੱਧਦੇ ਨਜ਼ਰ ਆ ਰਹੇ ਨੇ, ਇਸ ਤੇ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਕਿ ਜਿਹੜੇ ਕੰਟੇਨਮੈਂਟ ਜ਼ੋਨ ਹਨ ਉੱਥੇ ਜਿਹੜੇ ਵੀ ਲੋਕੀ ਰਹਿੰਦੇ ਹਨ ਉਹਨਾਂ ਸਾਰਿਆਂ ਦਾ ਰੈਪਿਡ ਐਂਟੀਜਨ ਟੈਸਟ ਜਿਹੜਾ ਉਹ ਕੀਤਾ ਜਾਏਗਾ। ਇਸ ਤੋਂ ਇਲਾਵਾ ਮਾਈਕਰੋ ਕੰਟੇਨਮੈਂਟ ਜ਼ੋਨ ਹਨ ਉਹਨਾਂ ਦੇ ਵਿੱਚ ਵੀ ਟੈਸਟ ਜਿਹੜੇ ਹਨ ਉਹ ਕੀਤੇ ਜਾਣਗੇ। ਇਸਦਾ ਸਿੱਧੇ ਸਿੱਧੇ ਫਾਇਦਾ ਇਹ ਹੋਏਗਾ ਕਿ ਜਲਦ ਤੋਂ ਜਲਦ ਜਿਹੜੀ, ਕਿਉਂਕਿ ਰਿਪੋਰਟ ਇਸ ਟੈਸਟ ਦੇ ਵਿੱਚ ਆ ਜਾਂਦੀ ਹੈ ਤਾਂ ਪਤਾ ਚੱਲ ਪਾਏਗਾ ਕਿ ਜਿਹੜੇ ਲੋਕ ਹਨ ਉਹਨਾਂ ਨੂੰ ਕੋਰੋਨਾ ਨਾਲ ਪੀੜਿਤ ਹਨ ਜਾਂ ਨਹੀਂ ਪੀੜਿਤ ਹਨ। ਇਹ ਦੱਸ ਦਈਏ ਕਿ ਤਕਰੀਬਨ ਅਗਰ ਪੰਜਾਬ ਦੀ ਗੱਲ ਕਰ ਲਈਏ ਤਾਂ 4 ਕੰਟੇਨਮੈਂਟ ਜ਼ੋਨ ਹਨ, 73 ਮਾਈਕਰੋ ਕੰਟੇਨਮੈਂਟ ਜ਼ੋਨ ਹਨ ਤੇ ਉਸਦਾ ਵੀ ਰੂਲਸ ਰੈਗੂਲੇਸ਼ਨ ਸਰਕਾਰ ਵੱਲੋਂ ਤਿਆਰ ਕੀਤੀ ਗਈ ਹੈ ਕਿ 5 ਤੋਂ 14 ਪੋਜ਼ਿਟਿਵ ਕੇਸ ਜਿੱਥੇ ਆ ਜਾਂਦੇ ਹਨ ਉਹਨਾਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਕਿਹਾ ਜਾਂਦਾ ਹੈ ਤੇ 15 ਤੋਂ ਵੱਧ ਜਿੱਥੇ ਕੇਸ ਹੋ ਜਾਂਦੇ ਹਨ ਉਹ ਕੰਟੇਨਮੈਂਟ ਜ਼ੋਨ ਦੇ ਅੰਦਰ ਜਿਹੜੇ ਹਨ ਆਉਂਦੇ ਹਨ। ਜ਼ਾਹਿਰ ਜੀ ਗੱਲ, ਟੈਸਟਿੰਗ ਵਧੇਗੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਮਰੀਜ਼ਾਂ ਦੀ ਸੰਖਿਆ ਵੀ ਵੱਧਦੀ ਜ਼ਰੂਰ ਦਿਖਾਈ ਦੇਵੇਗੀ। ਜੀ ਬਿਲਕੁਲ, ਤਾਂ ਟੈਸਟਿੰਗ ਦੇ ਨਾਲ ਹੁਣ ਮਰੀਜ਼ਾਂ ਦੀ ਸੰਖਿਆ ਵੀ ਵਧੇਗੀ, ਪਰ ਸਖ਼ਤ ਫੈਸਲੇ ਸਰਕਾਰ ਵੱਲੋਂ ਲਏ ਜਾ ਰਹੇ ਨੇ ਸਮੇਂ ਸਮੇਂ ਤੇ। ਧੰਨਵਾਦ ਤਮਾਮ ਗੱਲਬਾਤ ਲਈ।